ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਵੀਰ ਵੱਠ ਵਾਲੇ ਯੂਟਿਊਬ ਚੈਨਲ 'ਤੇ। ਵੀਰੋ, ਅੱਜ ਆਏ ਜੀ ਆਪਣੇ, ਮੈਂ ਕਿਹਾ ਥੋੜ੍ਹਾ ਬਹੁਤਾ ਤੁਹਾਨੂੰ ਉੱਪਰ ਦਿਖਾ ਦਿੰਦੇ ਹਾਂ ਉੱਪਰ ਜੀ ਪਾਰਕ। ਠੀਕ ਹੈ ਜੀ, ਬਹੁਤ ਹੀ ਘੈਂਟ, ਇਹਦਾ ਵੀ ਲਿੰਕ ਤੁਹਾਨੂੰ ਥੱਲੇ ਦੇ ਦੂੰਗਾ। ਪੂਰੀ ਪਾਰਕ ਦੀ ਪਹਿਲਾਂ ਵੀਡੀਓ ਬਣ ਚੁੱਕੀ ਆ, ਠੀਕ ਹੈ ਜੀ, ਉਹ ਵੀ ਜਾ ਕੇ ਵੀਡੀਓ ਦੇਖਿਓ ਵਲੋਗ। ਠੀਕ ਆ, ਬਹੁਤ ਹੀ ਘੈਂਟ ਜਾਣੀ ਕਿ ਬਾਈਆਂ ਨੇ ਬਣਾਈ ਆ ਨਾ। ਅਤੇ ਇੱਧਰ ਉੱਪਰ ਦੂਜਾ ਬੱਸ ਸਟੈਂਡ, ਠੀਕ ਹੈ ਜੀ, ਉਹ ਸਾਹਮਣੇ ਬੱਸਾਂ ਤੁਹਾਨੂੰ ਦੇਦੀਆਂ ਹੋਣੀਆਂ। ਠੀਕ ਹੈ, ਜੋ ਵੀ ਆਲੇ ਦੁਆਲੇ ਜਿੱਥੇ ਵੀ ਤੁਸੀਂ ਜਾਣਾ ਇੱਥੋਂ ਚੜ੍ਹ ਹੋਣਾ। ਠੀਕ ਹੈ ਜੀ, ਆਪਾਂ ਹੁਣ ਜਾਵਾਂਗੇ ਅੱਜ ਉੱਪਰੇ ਤੋਂ ਗ੍ਰਹਿ ਰੋਡ 'ਤੇ। ਠੀਕ ਹੈ ਜੀ, ਗ੍ਰਹਿ ਹੀ ਹੋ ਜਾਂਦਾ ਇੱਕ ਤਰ੍ਹਾਂ ਦਾ, ਗ੍ਰਹਿਆਂ ਦੇ ਵਿੱਚ ਹੀ ਜਾਵਾਂਗੇ। ਠੀਕ ਹੈ ਜੀ, ਅਤੇ ਦੇਖੋ ਇਹ ਆ ਜੀ ਬੰਗਾ ਰੋਡ, ਫਲੋਰ ਤੋਂ ਬੰਗਾ ਰੋਡ। ਠੀਕ ਹੈ ਜੀ, ਵਿੱਚ ਨਗਰ ਆ ਜਾਂਦਾ, ਉੱਪਰ ਆ ਜਾਂਦਾ, ਠੀਕ ਹੈ ਜੀ, ਅਤੇ ਰਾਜਾ ਸਾਹਿਬ ਆ ਜਾਂਦਾ, ਹੋਰ ਕਈ ਪਿੰਡ ਆਉਂਦੇ ਆ ਨਾ ਵਿੱਚ, ਉੱਥੋਂ ਬੰਗਿਆਂ ਨੂੰ ਰੋਡ ਲੱਗਦਾ ਇਹ ਸਾਰਾ ਹੀ। ਸਾਹਮਣੇ ਜਿਹੜਾ ਹੁਣ ਮੈਂ ਆਪਾਂ ਜਿੱਧਰ ਨੂੰ ਜਾਣਾ ਉਹ ਗ੍ਰਹਿ ਰੋਡ ਆ, ਠੀਕ ਹੈ ਜੀ, ਸਾਰਾ ਹੀ, ਅਤੇ ਇਹ ਬੰਗਾ ਰੋਡ ਵੀਰੋ। ਠੀਕ ਹੈ ਜੀ, ਅਤੇ ਆਹ ਸਾਰਾ ਹੈਗਾ ਹੁਣ ਆਪਣਾ ਗ੍ਰਹਿ ਰੋਡ। ਠੀਕ ਹੈ ਜੀ, ਇੱਕ ਤਰ੍ਹਾਂ ਦਾ ਇਹ ਹੁਣ ਗ੍ਰਹਿ ਨੂੰ ਪਿੰਡਾਂ ਵਿੱਚ ਹੀ ਰਾਹ ਨਿਕਲਦਾ। ਠੀਕ ਹੈ ਜੀ, ਅਤੇ ਇਹ ਸਾਰਾ ਗ੍ਰਹਿ ਨੂੰ ਜਾਂਦਾ ਵੀਰੋ। ਠੀਕ ਹੈ ਜੀ, ਰੋਡ ਪਿੰਡਾਂ ਵਿੱਚ ਜੀ, ਇਹਦੇ ਵਿੱਚ ਸਮਰਾੜੀ, ਤਲੀਤਾ, ਬੜਾ ਪਿੰਡ, ਠੀਕ ਹੈ ਜੀ, ਰੌੜਕਾ, ਗੁਰਿਆਂ, ਠੀਕ ਆ, ਚਾਰ ਪਿੰਡ ਪੈਂਦੇ ਆ, ਇੱਕ ਦੋ ਤਿੰਨ, ਚਾਰ ਪਿੰਡ ਪੈਂਦੇ ਆ। ਠੀਕ ਹੈ ਜੀ, ਫਿਰ ਗ੍ਰਹਿ ਰੂਡ ਸਾਰਾ ਹੀ ਪਿੰਡਾਂ ਵਿੱਚ ਜੀ, ਇਸ ਪਿੰਡਾਂ ਦੇ ਵਿੱਚ ਜੀ ਹੋ ਕੇ ਫਿਰ ਜਾ ਆਉਂਦਾ। ਠੀਕ ਹੈ ਜੀ, ਅਤੇ ਤੁਹਾਡੇ ਸਾਹਮਣੇ ਹੀ ਆ ਸਾਰਾ, ਇਹ ਪੱਠਾ ਬਹੁਤ ਪੁਰਾਣਾ ਬੰਦ ਹੋ ਚੁੱਕਾ ਜਿਹੜਾ। ਠੀਕ ਹੈ ਜੀ, ਆਪਣੇ ਤਾਂ ਬਹੁਤ ਮਸ਼ਹੂਰ ਸੀ, ਇੱਕ ਹੁਣ ਨਵਾਂ ਖੁੱਲ੍ਹਿਆ ਆ ਜਿਹੜਾ ਆ, ਉੱਤੋਂ ਆਕਸੀਜਨ ਜਿੱਦਾਂ ਕਹਿ ਦਈਏ ਜਿਹੜਾ ਜੇ ਵਾਤਾਵਰਨ ਉਹਨੂੰ ਸਹੀ ਰੱਖਦਾ ਹੈ ਨਾ, ਅਤੇ ਪ੍ਰਦੂਸ਼ਣ ਫਰੀ ਹੈ ਨਾ, ਪ੍ਰਦੂਸ਼ਣ ਫਰੀ ਪੱਟ ਉਹ ਆ। ਠੀਕ ਹੈ ਜੀ, ਇਹਦਾ ਕੋਈ ਪ੍ਰਦੂਸ਼ਣ ਨਹੀਂ, ਜਿਹੜਾ ਇੱਟਾਂ ਬਣਾਉਂਦੇ ਜਿੱਦਾਂ ਪਹਿਲਾਂ ਹੁੰਦੇ ਸੀ ਨਾ, ਇਹ ਹੁਣ ਮਸ਼ੀਨੀ ਪਾਉਂਦੇ ਕਿ ਇਹ ਨਵਾਂ ਨਹੀਂ ਲਵਾਇਆ ਜਗਾੜ ਜਿਹਾ ਕੋਈ। ਠੀਕ ਹੈ ਜੀ, ਉਹਦੇ ਵਿੱਚ ਪ੍ਰਦੂਸ਼ਣ ਨਹੀਂ ਹੁੰਦਾ, ਠੀਕ ਹੈ ਜੀ, ਵਾਤਾਵਰਨ ਦੇ ਵਿੱਚ। ਉਹ ਦੇਖੋ ਉੱਪਰ ਲਿਖਿਆ ਪ੍ਰਦੂਸ਼ਣ ਫਰੀ। ਠੀਕ ਹੈ ਜੀ, ਆਹ ਦੇਖੋ ਪੁਰਾਣੇ ਸਮਿਆਂ ਨੂੰ ਹਾਲੇ ਵੀ ਇੱਟਾਂ ਲੋਕ ਢੋਂਦੇ ਆ। ਠੀਕ ਹੈ ਜੀ, ਪੱਠੇ ਵੀ ਚੱਲ ਰਹੇ, ਘੋੜੇ ਜਿਹੜੇ ਛੋਟੇ ਛੋਟੇ ਹੁੰਦੇ ਆ, ਠੀਕ ਹੈ ਜੀ, ਉਹਨਾਂ ਨਾਲ ਢੋ ਰਹੇ ਆ। ਆਹ ਦੇਖੋ ਇਹ ਪਹਿਲਾਂ ਦੇ ਸਮਾਂ 'ਚ ਦੇਖਣ ਨੂੰ ਮਿਲਦਾ ਸੀ ਇਹ ਕੱਚੀਆਂ ਇੱਟਾਂ। ਠੀਕ ਹੈ ਜੀ, ਉਹ ਦੇਖੋ ਪਹੁੰਚ ਆ ਰਿਹਾ ਇੱਧਰ, ਬੀਬੀਆਂ ਲੱਗੀਆਂ ਇੱਟਾਂ ਬਣਾਉਣ। ਠੀਕ ਹੈ ਜੀ, ਕੱਚੀਆਂ ਸਾਡੇ ਸਾਹਮਣੇ ਮਿੱਟੀ ਦੀਆਂ, ਪੁਰਾਣੇ ਸਮੇਂ 'ਚ ਇੱਦਾਂ ਚੱਲਦੇ ਹੁੰਦੇ ਸੀ, ਅੱਜ ਕੱਲ੍ਹ ਟਰੈਕਟਰ ਆ ਗਏ, ਟਰਾਲੀਆਂ ਆ ਗਈਆਂ ਨਾ ਤੁਹਾਡੇ ਸਾਹਮਣੇ, ਅਤੇ ਇਹ ਆ ਦੇਖੋ ਮੱਝਾਂ ਵੀ ਚਾਰ ਰਹੇ ਲੋਕ ਰਾਹ ਦੇ ਵਿੱਚ। ਠੀਕ ਹੈ, ਇਹ ਗੁੱਜਰ ਹੈ ਜਿੱਦਾਂ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਵੀਰ ਰਹਿੰਦੇ ਆ ਉਹ ਇੱਦਾਂ ਕਰਦੇ ਆ ਨਾ ਸਾਰੇ, ਉਹ ਇੱਦਾਂ ਸੜਕਾਂ 'ਤੇ ਲੈ ਕੇ ਜਾਂ ਹੋਰ ਹੈ ਨਾ ਲੈ ਕੇ ਜਾਂਦੇ, ਘੁੰਮਦੇ ਰਹਿੰਦੇ ਆ ਨਾ ਚਾਰਾਂ ਨੂੰ। ਠੀਕ ਹੈ ਜੀ, ਅਤੇ ਇਹ ਆ ਕੱਪ। ਠੀਕ ਹੈ ਜੀ, ਇਹ ਵੀ ਇੱਥੇ ਬਣਦਾ ਦੱਸ ਪਿਆ। ਠੀਕ ਹੈ ਜੀ, ਦੇਖੋ ਪੁਰਾਣੇ ਲੋਕ ਬਣਾਉਂਦੇ ਹੁੰਦੇ, ਹੁਣ ਤਾਂ ਕੋਈ ਬਣਾਉਂਦਾ ਨਹੀਂ, ਟਾਵਾਂ ਟੱਪਾ ਕੋਈ ਬਣਾਉਂਦਾ। ਠੀਕ ਹੈ ਜੀ, ਲੋਕ ਹੁਣ ਜਾ ਅੰਦਰ ਹੀ ਕਮਰਿਆਂ ਦੇ ਵਿੱਚ ਤੂੜੀ ਰੱਖ ਲੈਂਦੇ ਨੇ, ਜਿੱਦਾਂ ਕਹਿੰਦੇ ਕਮਰੇ ਤੂੜੀ ਵਾਲੇ ਵੱਖਰੇ ਬਣਾਏ ਹੁੰਦੇ ਨੇ। ਠੀਕ ਹੈ ਜੀ, ਅੱਗੇ ਇੱਦਾਂ ਕੱਪ ਬਣਾਉਂਦੇ ਹੁੰਦੇ ਸੀ, ਦੇਖੋ ਕਿੰਨੀ ਮੇਨ ਤੇ ਟਰਾਲੀ ਖੜੀ ਆ, ਉੱਧਰ ਥੱਲੇ ਉਹ ਤੂੜੀ ਆ। ਠੀਕ ਹੈ, ਇਹਨੇ ਚੱਕ ਚੱਕ ਵਿੱਚ ਸਿੱਟੀ ਜਾਣੀ, ਬੰਨੀ ਜਾਣਾ, ਤਾਰ ਪਾ ਕੇ ਹੈ ਨਾ, ਤੁਹਾਡੇ ਸਾਹਮਣੇ ਬੰਦੇ ਲੱਗੇ ਆ, ਅੱਜ ਕੱਲ੍ਹ ਕੋਈ ਬਣਾ ਨਹੀਂ ਰਿਹਾ ਇਹ ਚੀਜ਼ਾਂ। ਠੀਕ ਹੈ ਜੀ, ਪੁਰਾਣੇ ਸਮਿਆਂ ਦੇ ਵਿੱਚ ਬਣਦੀਆਂ ਹੁੰਦੀਆਂ ਜੀ, ਅੱਗੇ ਪੁਰਾਣੇ ਵੀ ਹੋਣ, ਕਦੇ ਅੱਗੇ ਪਿੱਛੇ ਬਣਦੇ ਸੀ, ਤਿੰਨ ਚਾਰ ਸਾਲ ਹੋ ਗਏ, ਹੁਣ 5 ਸਾਲ ਹੋ ਗਏ, 10 ਸਾਲ ਖਤਮ ਹੋਈ ਜਾਂਦੀਆਂ ਹੈ ਨਾ ਇਹ ਚੀਜ਼ਾਂ ਜਿਹੜੀਆਂ ਆਪਣੇ ਪੁਰਾਣੇ ਬਜ਼ੁਰਗ ਕਰਦੇ ਹੁੰਦੇ ਸੀ ਸਾਡੇ ਆਪਣੇ ਸਾਰਿਆਂ ਦੇ ਹੈ ਨਾ, ਇਹ ਹੁਣ ਖਤਮ ਹੋ ਗਿਆ ਸਿਸਟਮ ਸਾਰਾ ਹੀ। ਠੀਕ ਹੈ ਜੀ, ਇਹ ਪਿੰਡ ਸਮਰਾੜੀ ਦੇ ਵਿੱਚ ਬਣਦਾ ਜੀ। ਠੀਕ ਹੈ ਜੀ, ਇਹ ਜਗ੍ਹਾ ਬਾਬਿਆਂ ਦੀ, ਇੱਥੇ ਬਹੁਤ ਭਾਰਾ ਮੇਲਾ ਲੱਗਦਾ ਜਿਹੜੀ ਹੁਣ ਤੁਸੀਂ ਦੇਖਣੀ ਹੈ, ਬਹੁਤ ਜ਼ਿਆਦਾ ਭਾਰਾ ਮੇਲਾ ਲੱਗਦਾ ਇੱਥੇ ਵੀ। ਠੀਕ ਹੈ ਜੀ, ਅਤੇ ਤੁਹਾਡੇ ਸਾਹਮਣੇ ਹੀ ਆ,
ਕਾਫੀ ਵੱਡੀ ਆ, ਇੱਥੇ ਵੀ ਹਰਿਆਲੀ ਅੰਦਰ ਬਹੁਤ ਜ਼ਿਆਦਾ, ਜਾਣੀ ਕਿ ਇਹਨੇ ਵੀ ਵਾਤਾਵਰਨ ਨੂੰ ਵਧੀਆ ਜਾਣੀ ਕਿ ਜਗ੍ਹਾ ਦੇ ਅੰਦਰ ਠੀਕ ਹੈ ਜੀ ਰੱਖਿਆ ਆ। ਕਹਿਣ ਦਾ ਮਤਲਬ ਦਰੱਖਤਾਂ ਨੂੰ ਸਪੋਰਟ ਕਰ ਰਹੇ ਹਾਂ ਵੀ ਦਰੱਖਤ ਲਾਓ ਜਿੰਨੇ ਹੋ ਸਕਦੇ ਆ, ਇਹ ਬਹੁਤ ਜ਼ਿਆਦਾ ਅੰਦਰ ਦਰੱਖਤ ਲਾਏ ਹੋਏ ਹਰ ਵਾਤਾਵਰਨ, ਤੁਸੀਂ ਅੰਦਰ ਜਾ ਕੇ ਦੇਖਿਓ ਹਜੇ ਕੋਈ ਬੱਕਰੀਆਂ ਚਾਰਦੇ ਲੋਕ ਠੀਕ ਹੈ ਜੀ, ਹਾਲੇ ਵੀ ਬੱਕਰੀਆਂ ਚਾਰੀਆਂ ਜਾਂਦੀਆਂ ਪਿੰਡਾਂ ਦੇ ਵਿੱਚ, ਇੱਦਾਂ ਦੀ ਨਹੀਂ ਹਾਂ ਵੀ ਖਤਮ ਹੋ ਗਿਆ, ਹੁਣ ਫਿਰ ਦੁਬਾਰਾ ਤੋਂ ਬੱਕਰੀਆਂ ਦਾ ਦੌਰ ਚੱਲ ਚੁੱਕਾ ਇੱਕ ਤਰ੍ਹਾਂ ਦਾ, ਹੈ ਨਾ ਤੁਹਾਨੂੰ ਜਿੱਦਾਂ ਪਤਾ ਹੀ ਆ ਨਾ ਬੱਕਰੀਆਂ ਦੇ ਰੇਟ ਦੇ ਹਿਸਾਬ ਨਾਲ ਲੋਕ ਇਸ ਵੱਲ ਨੂੰ ਆਈ ਜਾਂਦੇ ਹੈ ਨਾ, ਕਈ ਪਾਸੇ ਤਾਂ ਬਹੁਤ ਜ਼ਿਆਦਾ ਇਹਨਾਂ ਦਾ ਵਪਾਰ ਚੱਲ ਰਿਹਾ, ਪਰ ਪਹਿਲੇ ਇੱਧਰ ਸਾਡੇ ਏਰੀਏ 'ਚ ਘੱਟ ਚੱਲ ਰਿਹਾ, ਪਰ ਚਾਰਦੇ ਆ ਲੋਕ ਪੁਰਾਣੇ ਸਮੇਂ 'ਚ ਜਿੱਦਾਂ ਚਾਰਦੇ ਹੁੰਦੇ, ਹੁਣ ਫਿਰ ਦੁਬਾਰਾ ਚਾਰਨ ਲੱਗ ਪਏ ਆ ਠੀਕ ਹੈ ਜੀ। ਹਾਂ ਪਿੰਡ ਸਮਰਾੜੀ ਸਰ ਦੇਖੋ ਠੀਕ ਆ, ਇਹ ਇੱਦਾਂ ਹੀ ਪਿੰਡ ਦੇ ਵਿੱਚ ਹੀ ਸੜਕਾਂ ਨਿਕਲਦੀਆਂ ਹਰੇਕ ਪਿੰਡ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ ਸਾਨੂੰ ਪਤਾ ਹੀ ਆ ਨਾ ਸਾਰੀਆਂ, ਉਹੀ ਸਿਸਟਮ ਆ ਸਾਰਾ ਚੱਲੀ ਜਾਂਦਾ ਦੇਖੋ ਠੀਕ ਆ। ਸ਼ੇਰ ਲਾਇਆ ਹੋਇਆ ਗੇਟ 'ਚ ਗਲੀ ਦੇ ਮੂਹਰੇ, ਹੈ ਨਾ, ਅਤੇ ਇੱਥੇ ਦਾ ਇੱਕ ਸਿਸਟਮ ਵਧੀਆ ਨਹੀਂ, ਬੈਠਣ ਉੱਠਣ ਦੇ ਬਹੁਤ ਵਧੀਆ ਬਣਾਇਆ, ਸਿਆਣੇ ਬੰਦੇ ਵਾਲੇ ਪੱਖੇ ਪੱਖੇ ਲਾਇਆ ਹੋਇਆ ਨਾ ਸਾਰੇ, ਤੁਹਾਨੂੰ ਦਿਸੇ ਪੈਣਾ ਲੱਗੇ ਆ ਵੀ ਬੈਠਣ ਦਾ ਜਗਾੜੇ ਵੀ ਵਧੀਆ ਬਣਾਇਆ, ਇਹ ਉੱਦਾਂ ਬੱਸ ਲਈ ਰੁਕਣ ਲਈ ਨਾ ਅੱਗੇ ਜਾ ਕੇ ਦੇਖਿਓ ਠੀਕ ਹੈ ਜੀ, ਇਹ ਜਗਾੜ ਵਧੀਆ ਬਣਾਇਆ ਗਿਆ ਪੱਖੇ ਪੁੱਖੇ ਲਾ ਕੇ ਸਿਆਣੇ ਬੰਦਿਆਂ ਵਾਲੇ ਠੀਕ ਹੈ ਜੀ। ਉੱਦਾਂ ਬੱਸ ਸਟੈਂਡ ਵੀ ਆ ਉੱਥੇ, ਜ਼ਿਆਦਾ ਕਰ ਉੱਥੇ ਬੱਸਾਂ ਖੜ੍ਹਦੀਆਂ ਠੀਕ ਹੈ ਜੀ, ਤੁਹਾਨੂੰ ਦਿਸੇ ਪੈਣਾ ਮੂਹਰੇ ਜਾ ਕੇ, ਹੈ ਨਾ, ਅਤੇ ਬਣੇ ਰਹੋ, ਬਲੌਗ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਵੀ ਕਰਿਆ ਕਰੋ, ਕਿਉਂਕਿ ਤੁਹਾਡੇ ਲਈ ਬਲੌਗ ਮੈਂ ਬਣਾਉਣਾ ਠੀਕ ਹੈ ਵੀਰੋ, ਤੁਹਾਡੇ ਦੇਖਣ ਲਈ ਠੀਕ ਹੈ ਜੀ, ਤੁਸੀਂ ਪੂਰਾ ਦੇਖੋਗੇ ਨਾ ਫਿਰ ਠੀਕ ਹੈ ਜੀ, ਬਲੌਗ ਬਣਾਉਣ ਦਾ ਮੈਨੂੰ ਕੋਈ ਫਾਇਦਾ ਨਹੀਂ, ਤੁਹਾਨੂੰ ਪਤਾ ਹੀ ਆ ਤੁਹਾਡਾ ਆਪਣਾ ਚੈਨਲ PV08 ਯੂਟਿਊਬ ਚੈਨਲ ਠੀਕ ਹੈ ਜੀ, ਤੁਹਾਡਾ ਆਪਣੇ ਚੈਨਲ ਨੂੰ ਪਲੀਜ਼ ਸਪੋਰਟ ਕਰੋ, ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਵੀਰੋ ਠੀਕ ਹੈ ਜੀ, ਅਤੇ ਸਪੋਰਟ ਪੂਰੀ ਕਰੋ ਮੇਰਾ ਭਰਾ ਠੀਕ ਹੈ ਜੀ। ਅਤੇ ਆਹ ਦੇਖੋ ਇੱਥੇ ਬੈਠਣ ਉੱਠਣ ਨੂੰ ਬਣਾਇਆ ਨਹੀਂ, ਪੱਖੇ ਬਹੁਤ ਵਧੀਆ ਲਾਏ ਆ, ਉਹ ਦੇਖੋ ਲੱਗੇ ਆ ਨਾ ਪੱਖੇ ਚਾਰੇ ਸਾਈਡਾਂ 'ਤੇ ਲੱਗੇ ਹੋਆ ਪੱਖੇ ਵੀਰੋ, ਬੈਠਣ ਉੱਠਣ ਲਈ ਸਿਆਣੇ ਬੰਦੇ ਲਈ ਬਹੁਤ ਵਧੀਆ ਕੈਂਟ ਬਣਾਇਆ ਠੀਕ ਹੈ ਜੀ, ਤੁਹਾਡੇ ਸਾਹਮਣੇ ਇਹ ਪਤਾ ਨਹੀਂ ਵੀਰੋ ਕਿੱਧਰ ਨੂੰ ਲਾ ਜਾਂਦਾ ਜੀ ਠੀਕ ਹੈ ਜੀ। ਅਤੇ ਆਪਾਂ ਪਿੰਡ ਦੇ ਵਿੱਚ ਜਾ ਰਹੇ ਹਾਂ ਧਲੇਤੇ ਨੂੰ, ਹੁਣ ਉਸ ਤੋਂ ਬਾਅਦ ਬੜਾ ਪਿੰਡ ਇਹ ਰੜਕਾ ਫਿਰ ਗ੍ਰਹਿਣ ਠੀਕ ਹੈ ਜੀ, ਗ੍ਰਹਿਣ ਤਾਂ ਚਲੋ ਠੀਕ ਹੈ, ਗ੍ਰਹਿਣ ਦੇ ਵਿੱਚ ਇੱਕ ਤਰ੍ਹਾਂ ਦਾ ਆਪਾਂ ਰੁਕ ਜਾਣਾ ਠੀਕ ਹੈ ਜੀ। ਅਤੇ ਤੁਹਾਡੇ ਸਾਹਮਣੇ ਆ ਇਹ ਗੇਟ ਇੱਥੇ ਤਾਂ ਠੀਕ ਹੈ ਜੀ, ਦੋਨਾਂ ਸਾਈਡਾਂ ਸਮਰਾੜੀ ਦੇ ਉੱਧਰ ਵੀ ਅਤੇ ਇੱਧਰ ਵੀ, ਹੈ ਨਾ, ਅਤੇ ਖੇਤ ਵੱਢ ਹੋ ਚੁੱਕੇ ਜਿੱਦਾਂ ਫਸਲਾਂ ਵਗੈਰਾ ਨਾ ਸਾਰਿਆਂ ਦੀਆਂ, ਤੁਹਾਨੂੰ ਪਤਾ ਹੀ ਹੈ ਜਿੱਦਾਂ ਫਸਲਾਂ ਸਾਰੀਆਂ ਵੱਢ ਹੋ ਚੁੱਕੀਆਂ ਆ। ਹਾਂ ਦੇਖੋ ਠੀਕ ਹੈ ਜੀ ਵੀਰੋ, ਉੱਤੋਂ ਹੁਣ ਰਾਸਤਾ ਆਪਣਾ ਮੂਹਰੇ ਪੱਧਰਾ ਹੀ ਆ, ਇਸ ਕਰਕੇ ਥੋੜ੍ਹੀ ਜਿਹੀ ਆਵਾਜ਼ ਬੰਦ ਕੀਤੀ ਜਾਊਗੀ, ਕਿਉਂਕਿ ਹਵਾ ਚੱਲਦੀ ਹੈ ਬਹੁਤ ਪੈਂਦੀ ਹੈ ਨਾ, ਜਦੋਂ ਸਾਧਨ ਮੋਟਰਸਾਈਕਲ ਜਾਂ ਸਕੂਟਰ ਜਾਂ ਬਹੁਤ ਹਵਾ ਪੈ ਰਹੀ ਹੈ ਨਾ, ਅਤੇ ਇੱਥੋਂ ਸਮਰਾੜੀ ਪਿੰਡ ਖਤਮ ਹੋ ਜਾਂਦਾ ਹੈ ਠੀਕ ਹੈ ਜੀ, ਮੂਹਰੇ ਜਾ ਕੇ ਤੁਹਾਨੂੰ ਧਲੇਤੇ ਜਾ ਕੇ ਟੱਕਰਦੇ ਹਾਂ ਠੀਕ ਹੈ ਜੀ। ਬਣੇ ਹੋਏ ਵੀਡੀਓ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ, ਲਾਈਕ ਜ਼ਰੂਰ ਕਰਿਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਜੇ ਇੱਦਾਂ ਦੀ ਵਧੀਆ ਲੱਗੀ ਤਾਂ ਠੀਕ ਹੈ ਜੀ, ਅਤੇ ਜਿੱਦਾਂ ਦੀ ਵੀ ਲੱਗੀ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ। ਅਤੇ ਕਮੈਂਟ ਕਰਨੇ ਮੇਰਾ ਵੀਰ ਬੰਦਾ ਦੱਸ ਦਿੰਦਾ ਹਾਂ ਵੀ ਵੀਡੀਓ ਇੱਦਾਂ ਦੀ ਬਣੀ ਉੱਦਾਂ ਦੀ ਬਣੀ ਹੈ ਨਾ, ਇਸ ਲਈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਆਹ ਦੇਖੋ ਵੀਰੋ ਇੱਕ ਹੋਰ ਵੀਰ ਟੱਕਰ ਗਿਆ ਬੱਕਰੀਆਂ ਵਾਲਾ ਠੀਕ ਹੈ ਜੀ, ਹੁਣ ਦੁਬਾਰਾ ਇਹਦਾ ਕੰਮ ਚੱਲ ਪਿਆ, ਬੱਕਰੀਆਂ ਦਾ ਰੇਟ ਬਹੁਤ ਚੱਕ ਹੋਇਆ ਇਹਨਾਂ ਦੇ ਵੀ, ਯੂਟਿਊਬ 'ਤੇ ਤੁਸੀਂ ਦੇਖਦੇ ਹੋਣੇ ਆ, ਤਾਂ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਬੱਕਰੀਆਂ ਦਾ ਫਾਰਮ ਖੁੱਲ੍ਹੀ ਜਾਂਦੇ ਆ ਠੀਕ ਹੈ ਜੀ। ਹੁਣ ਆਪਾਂ ਪਹੁੰਚ ਚੱਲੇ ਧਲੇਤੇ,
ਠੀਕ ਹੈ ਜੀ। ਉਹ ਮੂਹਰੇ ਕਲੀਤੇ ਵਾਲਾ ਭੱਠਾ ਹੁੰਦਾ ਇੱਦਾਂ ਹੋਣਾ ਹੈ ਨਾ, ਇਹ ਵੀ ਬਹੁਤ ਪੁਰਾਣਾ ਆ, ਠੀਕ ਹੈ ਜੀ। ਅਤੇ ਇਹ ਕਲੀਤੇ ਨੂੰ ਰਾਹ ਮੁੜ ਜਾਂਦਾ ਆ, ਤੁਸੀਂ ਆਹ ਦੇਖੋ ਹੈ ਨਾ, ਮੂਹਰੇ ਭੱਠਾ ਕਲੀਤੇ ਦਾ ਆਇਆ ਵੀਰੋ, ਭੱਠਾ ਇਹ ਵੀ ਬਹੁਤ ਪੁਰਾਣਾ ਆ, ਬਹੁਤ ਚਿਰ ਤੋਂ ਆ ਇਹ ਵੀ ਕਾਫੀ, ਠੀਕ ਹੈ ਜੀ। ਮੂਹਰੇ ਬਾਗ ਆ ਜਾਣਾ, ਉਹ ਵੀ ਤੁਹਾਨੂੰ ਦਿਖਾ ਲਾਂਗੇ, ਜਿੱਦਾਂ ਬੇਰਾਂ ਦਾ ਹੁੰਦਾ ਹੈ ਨਾ, ਬੇਰੀਆਂ ਦੇ ਜਿੱਦਾਂ ਅੱਗੇ ਬਾਗ ਹੁੰਦੇ ਸੀ, ਹੁਣ ਤਾਂ ਚਲੋ ਖਤਮ ਹੋ ਗਏ ਹੈ ਨਾ, ਸਾਰਾ ਹੀ ਤੁਹਾਨੂੰ ਪਤਾ ਹੋਣਾ। ਅਤੇ ਇਹ ਭੱਠੇ ਤੋਂ ਬਾਅਦ ਨਾਲੇ ਸ਼ੁਰੂ ਹੋ ਜਾਂਦਾ ਹੈ ਨਾ ਬਾਗ ਸਾਰਾ ਹੀ, ਆਹ ਦੇਖੋ ਆਹ ਬਾਗ ਹੀ ਆ ਸਾਰਾ ਬੇਰਾਂ ਦਾ ਮੂਹਰੇ, ਠੀਕ ਹੈ ਜੀ। ਉਹ ਤੌਰ ਤੱਕ ਤੁਹਾਨੂੰ ਇੱਦਾਂ ਹੋਣਾ, ਪਿੱਛੇ ਤੱਕ ਇਹ ਬਾਗ ਆ ਵੀਰੋ, ਠੀਕ ਹੈ ਜੀ। ਅਤੇ ਉਹ ਆਹ ਦੇਖੋ ਇਹ ਬਾਗ ਆ, ਇੱਥੇ ਵਗਦੀਆਂ ਵੀ ਜਦੋਂ ਇਹ ਬੀਰ ਲੱਗਦੇ ਆ ਨਾ, ਇਹ ਵਗਦੇ ਵੀ ਆ ਇੱਥੇ, ਠੀਕ ਹੈ ਜੀ। ਉੱਦਾਂ ਬੀਰੀਆਂ ਦਾ ਬਾਗ ਕਹਿੰਦੇ ਆ, ਬੀਰ ਲੱਗਦੇ ਇਹਨਾਂ ਨੂੰ। ਆਹ ਇੱਥੇ ਆਹ ਦੇਖੋ ਹੁਣ ਤਾਂ ਚਲੋ ਸਬਜ਼ੀ ਸੁਬਜ਼ੀ ਰੱਖੀ ਆ, ਪਰ ਇੱਥੇ ਜ਼ਿਆਦਾ ਘਰ ਬੀਰਾਂ ਦਾ ਜਦੋਂ ਸੀਜ਼ਨ ਆਉਂਦਾ ਹੈ ਇੱਥੇ ਸਾਰਾ ਕੁਛ ਇਹ ਬਹੁਤ ਦੂਰ ਤੱਕ ਇੱਥੋਂ ਜਾ ਰਿਹਾ ਨਾ, ਉਹ ਵੀ ਬਾਗ ਕਰਕੇ ਹੈ ਨਾ। ਅਤੇ ਇੱਥੇ ਟਰੱਕਾਂ ਟਰੁੱਕਾਂ ਦਾ ਮਿੱਟੀ ਮੁੱਟੀ ਦਾ ਬਚਾ ਇਹਨਾਂ ਵੀਰਾਂ ਦਾ ਕੰਮ, ਇਹ ਤਾਂ ਇੱਥੇ ਟਰੱਕ ਟਰੁੱਕ ਖੜ੍ਹੇ ਆ। ਮੋਰੇ ਧਲੇਤੇ ਦੀ ਗਰਾਊਂਡ ਆ ਗਈ ਹੈ ਨਾ ਸਾਰੀ, ਦੇਖੋ ਇੱਥੋਂ ਵੀਰ ਵੀ ਖੇਡਦੇ ਹੋਣੇ ਹੈ। ਅਤੇ ਉਹ ਦੇਖੋ ਵੀਰ ਖੇਡਦੇ ਬੈਟ ਬੋਲ, ਠੀਕ ਹੈ ਜੀ। ਅਤੇ ਆਹ ਦੇਖੋ ਇਹ ਵੀ ਕਾਫੀ ਵੱਡੀ ਗਰਾਊਂਡ ਬਣਾਈ ਗਈ ਆ ਧਲੇਤੇ ਵੱਲੋਂ, ਠੀਕ ਹੈ ਜੀ। ਧਲੇਤਾ ਪਿੰਡ ਵਾਂਗੂ ਸ਼ੁਰੂ ਹੋ ਗਿਆ ਨਾ, ਆਹ ਦੇਖੋ ਵੀਰ ਖੇਡਦੇ, ਕਾਫੀ ਵੱਡੀ ਗਰਾਊਂਡ ਆ, ਠੀਕ ਹੈ ਜੀ। ਇੱਥੇ ਕਬੱਡੀਆਂ ਵਗੈਰਾ ਇੱਥੇ ਵੀ ਹੁੰਦੀਆਂ ਆ, ਜਿੱਦਾਂ ਹੁਣ ਸਾਰੇ ਪਿੰਡਾਂ ਦੇ ਵਿੱਚ ਹੁੰਦੀਆਂ ਸਾਨੂੰ ਪਤਾ ਹੀ ਆ, ਇੱਥੇ ਵੀ ਹੋ ਰਹੀਆਂ, ਇੱਥੇ ਵੀ ਹੁੰਦੀਆਂ ਕਬੱਡੀਆਂ, ਬਹੁਤੇ ਘੈਂਟ ਮੇਲਾ ਲੱਗਦਾ, ਠੀਕ ਹੈ ਜੀ। ਅਤੇ ਇਹ ਧਲੇਤਾ ਹੁਣ ਸ਼ੁਰੂ ਹੋ ਗਿਆ, ਠੀਕ ਹੈ ਜੀ। ਅਤੇ ਇਹ ਧਲੇਤੇ ਦਾ ਗੇਟ ਵੀਰੋ ਨਵਾਂ ਬਣਿਆ, ਥੋੜ੍ਹਾ ਕੁ ਟਾਈਮ ਹੀ ਹੋਇਆ, ਠੀਕ ਹੈ ਜੀ। ਅਤੇ ਧਲੇਤਾ ਸ਼ੁਰੂ ਹੋ ਚੁੱਕਾ ਆ, ਉਹ ਸਾਹਮਣੇ ਤੁਹਾਨੂੰ ਧਲੇਤੇ ਦੀਆਂ ਦੁਕਾਨਾਂ ਦੱਸਦੀਆਂ, ਠੀਕ ਹੈ ਜੀ। ਧਲੇਤੇ ਵਿੱਚ ਜੁੜਨਾ ਕਿ ਜਾਵਾਂ ਗ੍ਰਹਿਆਂ ਨੂੰ, ਬੋਰਡ ਧਲੇਤੇ ਦਾ, ਠੀਕ ਹੈ ਜੀ। ਆਹ ਦੇਖੋ ਇਹ ਧਲੇਤੇ ਦੀਆਂ ਨਵੀਆਂ ਦੁਕਾਨਾਂ ਸਾਰੀਆਂ ਬਣੀਆਂ ਮੋਸਟ, ਠੀਕ ਹੈ ਜੀ, ਐਂਟਰ ਹੁੰਦਿਆਂ ਨੂੰ। ਠੀਕ ਹੈ ਜੀ, ਇਹ ਧਲੇਤਾ ਸ਼ੁਰੂ ਹੋ ਚੁੱਕਾ ਆ, ਇਹ ਅੱਡਾ ਇੱਕ ਤਰ੍ਹਾਂ ਦਾ ਧਲੇਤਾ, ਇੱਥੋਂ ਵੀ ਬੱਸਾਂ ਬੁੱਸਾਂ ਖੜ੍ਹ ਕੇ ਜਾਂਦੀਆਂ ਲੋਕ, ਆਹ ਅੱਡਾ ਬੱਸ ਸਟੈਂਡ ਹੈ ਨਾ ਜਿਹਨੂੰ ਕਹਿ ਦਿੰਦੇ ਹਾਂ ਆਪਾਂ, ਠੀਕ ਹੈ ਜੀ। ਆਹ ਦੇਖੋ ਧਲੇਤਾ ਸ਼ੁਰੂ ਹੋ ਚੁੱਕਾ, ਦੁਕਾਨਾਂ ਧਲੇਤੇ ਦੀਆਂ, ਠੀਕ ਹੈ ਜੀ। ਨਾਲੇ ਇਹਦੇ ਤੁਹਾਨੂੰ ਪਤਾ ਨਹੀਂ ਲੱਗਣਾ ਕਿਹੜੀ ਵੇਲੇ ਬੜੇ ਪਿੰਡ ਦੇ ਵਿੱਚ ਵੜ ਜਾਣਾ, ਕਿਉਂਕਿ ਉੱਥੇ ਵੀ ਇੱਦੇ ਦੁਕਾਨਾਂ ਸ਼ੋਪ ਪਿਆ ਹੈ ਨਾ ਸਾਰੀਆਂ, ਤੁਹਾਨੂੰ ਪਤਾ ਹੀ ਆ ਤੁਸੀਂ, ਠੀਕ ਹੈ ਜੀ। ਇੱਥੇ ਵੀ ਟੈਂਪੂ ਵਗੈਰਾ ਖੜ੍ਹੇ ਹੁੰਦੇ ਆ, ਠੀਕ ਹੈ ਜੀ। ਇੱਥੇ ਵੀ ਬੱਸਾਂ ਰੁੱਕ ਜਾਂਦੀਆਂ ਵੀ, ਇੱਕ ਤਰ੍ਹਾਂ ਦਾ ਬੱਸ ਸਟੈਂਡ ਹੀ ਨਹੀਂ ਬਣਾਇਆ ਧਲੇਤੇ ਵਾਲੇ ਵੀਰਾਂ ਨੇ, ਸਾਰਾ ਕੁਛ ਇੱਥੇ ਖੜ੍ਹੀਆਂ ਹੋ ਕੇ ਬੱਸਾਂ ਜਾਂਦੀਆਂ। ਦੇਖੋ ਟੈਂਪੂ ਖੜ੍ਹੇ ਆ, ਠੀਕ ਹੈ ਜੀ। ਮੂਹਰੇ ਇਹ ਵੀ ਹੁਣ ਬੰਦ ਹੋ ਚੁੱਕੇ ਜਾਂਦੇ ਆ, ਬਹੁਤ ਕਈ ਟਾਵੇਂ ਟੱਪੇ ਚੱਲਦੇ ਕਈਆਂ ਕਈਆਂ ਪਿੰਡਾਂ ਦੇ ਵਿੱਚ, ਠੀਕ ਹੈ ਜੀ। ਹਾਂ ਦੇਖੋ, ਠੀਕ ਹੈ ਜੀ। ਹੁਣ ਮੂਹਰੇ ਉਹ ਤੁਹਾਨੂੰ ਗੇਟ ਛੋਟਾ ਜਿਹਾ ਵਿੱਚ ਵਿੱਚ ਦਾ ਇੱਦਾਂ ਆਉਣਾ, ਉਹ ਤੋਂ ਹੁਣ ਬੜਾ ਪਿੰਡ ਸ਼ੁਰੂ ਹੋ ਜਾਣਾ, ਠੀਕ ਹੈ ਜੀ। ਇਹ ਸਾਰਾ ਧਲੇਤਾ ਹੁਣ ਲੰਘ ਚੱਲਿਆ, ਠੀਕ ਹੈ ਜੀ। ਅਤੇ ਉਹ ਗੇਟ ਤੋਂ ਧਲੇਤਾ ਖਤਮ, ਠੀਕ ਹੈ ਜੀ। ਹੁਣ ਉਦੋਂ ਬੜਾ ਪਿੰਡ ਸ਼ੁਰੂ ਹੋ ਜਾਣਾ, ਬੜੇ ਪਿੰਡ ਦੀਆਂ ਦੋ ਗਰਾਊਂਡਾਂ ਆ, ਇੱਕ ਤਾਂ ਤੁਸੀਂ ਪਹਿਲਾਂ ਦੇਖੀ ਹੋਣੀ ਵੀਡੀਓ ਦੇ ਵਿੱਚ, ਇੱਕ ਹੋਰ ਤੁਹਾਨੂੰ ਦਿਖਾ ਲਾਂਗੇ, ਠੀਕ ਹੈ ਜੀ। ਇਹ ਹੁਣ ਬੜਾ ਪਿੰਡ ਸ਼ੁਰੂ ਹੋ ਗਿਆ, ਉੱਥੋਂ ਗੇਟ ਤੋਂ ਧਲੇਤਾ ਖਤਮ, ਠੀਕ ਹੈ ਜੀ। ਅਤੇ ਉਹ ਹਾਂ ਸਰ, ਇੱਧਰ ਆਪਣੇ ਗਰਾਊਂਡ ਆ ਬੜੇ ਪਿੰਡ ਦੀ, ਠੀਕ ਹੈ ਜੀ। ਦੋ ਆ ਦੋਨੇ ਬਹੁਤ ਟੌਪ ਦੀਆਂ ਗਰਾਊਂਡਾਂ ਆ, ਇੱਥੇ ਵੀ ਨਿਆਣੇ ਨਿੱਕੇ ਬਹੁਤ ਜਾਣੇ ਕਿ, ਠੀਕ ਹੈ ਜੀ। ਆਹ ਕਲੱਬ ਵਗੈਰਾ ਜਿੱਥੇ ਬੀਟ ਚੱਕ ਦੇ ਭਾਰ ਹੈ ਨਾ, ਉਹਦਾ ਹੁੰਦੇ ਇੱਕ ਇੱਥੇ ਉਹ ਫੰਕਸ਼ਨ ਹੁੰਦਾ ਬੀਟ ਚੱਕਣ ਦਾ, ਠੀਕ ਹੈ ਜੀ। ਬਹੁਤ ਵੱਡੇ ਵੱਡੇ ਨਾਮ ਰੱਖੇ ਜਾਂਦੇ ਆ ਇੱਥੇ, ਠੀਕ ਹੈ ਜੀ। ਆਹ ਗਰਾਊਂਡ ਆ ਸਾਰੀ ਬੜੇ ਪਿੰਡ ਦੀ, ਇੱਥੇ ਉਹ ਲੱਗਦਾ ਦੁਸ਼ਹਿਰਾ, ਠੀਕ ਹੈ ਜੀ। ਦੁਸ਼ਹਿਰਾ ਗਰਾਊਂਡ ਵੀ ਇਹਨੂੰ ਕਹਿ ਦਿੰਦੇ ਆ, ਠੀਕ ਠੀਕ। ਬੜਾ ਇੱਥੇ
ਇੱਥੇ ਦੁਸ਼ਹਿਰਾ ਲੱਗਦਾ ਵਾ, ਠੀਕ ਹੈ ਜੀ, ਆਲੇ ਦੁਆਲੇ ਤੋਂ ਲੋਕ ਬਹੁਤ ਆਉਂਦੇ, ਇੱਕ ਗ੍ਰਹਿਣ ਲੱਗਦਾ ਅਤੇ ਇੱਕ ਇੱਥੇ ਲੱਗਦਾ, ਥੱਲੇ ਬੜੇ ਪਿੰਡ, ਠੀਕ ਹੈ ਜੀ, ਅਤੇ ਆਹ ਹੁਣ ਬੜਾ ਪਿੰਡ ਹੀ ਆ ਸਾਰਾ, ਠੀਕ ਹੈ ਜੀ, ਬੜੇ ਪਿੰਡ ਦੇ ਵਿੱਚ ਜੀ ਆਪਾਂ ਜਾ ਰਹੇ ਹਾਂ, ਇੱਧਰਲੀ ਸਾਈਡ 'ਤੇ ਪੈਟਰੋਲ ਪੰਪ ਆ ਬੜੇ ਪਿੰਡ ਦਾ, ਠੀਕ ਹੈ ਜੀ, ਅਤੇ ਤੁਹਾਨੂੰ ਤਾਂ ਇੱਦਾਂ ਆਉਣਾ ਜੀ, ਪੰਪ ਆ ਬੜੇ ਪਿੰਡ ਦਾ, ਨਾਲੇ ਸਕੂਲ ਆ ਪੰਪ ਦੇ ਨਾਲ, ਠੀਕ ਹੈ ਜੀ, ਅਤੇ ਇਹ ਸਾਰਾ ਬੜਾ ਪਿੰਡ ਹੀ ਆ, ਠੀਕ ਹੈ ਜੀ, ਅਤੇ ਆਹ ਬਾਰ ਬਾਰ 'ਚ ਹੀ ਰਾਹ ਚੱਲ ਜਾਂਦਾ ਬੜੇ ਪਿੰਡ ਦੇ ਸਾਰਾ, ਆਹ ਬਾਰ ਬਾਰ 'ਚ ਜਿੱਦਾਂ ਹੋ ਜਾਂਦਾ ਗ੍ਰਹਿਆਂ ਨੂੰ, ਆਹ ਪਿੰਡ ਵਿੱਚ 'ਚ ਹੀ ਹੋ ਜਾਂਦਾ ਆ, ਠੀਕ ਹੈ ਜੀ, ਜਿਹੜੇ ਵੀ ਇੰਨੇ ਬਾਰ ਬਾਰ 'ਚ ਹੀ ਜਾਣਾ ਉਹ ਬਾਰ ਬਾਰ 'ਚ ਹੀ, ਠੀਕ ਹੈ ਜੀ, ਜਿਹੜੇ ਵੀ ਇੰਨੇ ਪਿੰਡ ਵਿੱਚ ਹੀ ਜਾਣਾ ਗ੍ਰਹਿਆਂ ਨੂੰ ਪਿੰਡ ਵਿੱਚ ਜੀ, ਠੀਕ ਹੈ ਜੀ, ਅਤੇ ਆਹ ਦੇਖੋ ਇਹ ਸਾਰਾ ਬੜਾ ਪਿੰਡ ਹੀ ਆ ਵੀਰੋ, ਠੀਕ ਹੈ ਜੀ, ਉਹ ਸਾਹਮਣੇ ਵੀਰ ਦੀ ਸਿੱਧੂ ਮੂਸੇ ਵਾਲੇ ਵੀਰ ਦੀ ਫੋਟੋ ਲੱਗੀ ਆ, ਇਨਸਾਫ ਲੈਣ ਲਿਓ ਵੀਰਾਂ ਨੇ ਲਾਈ ਆ, ਦੁਕਾਨ ਵਾਲਿਆਂ ਨੇ ਸਾਹਮਣੇ ਉੱਪਰ ਤੁਹਾਨੂੰ ਦਿੱਤੀ ਹੋਣੀ ਆ, ਠੀਕ ਹੈ ਜੀ, ਇਹਨੂੰ ਮਾੜਾ ਜਿਹਾ ਵੀ ਕੁਛ ਪ੍ਰੋਬਲਮ ਪੈਂਦੀ ਆ ਫੋਟੋ ਨੂੰ, ਨਾਲੇ ਚੇਂਜ ਨਵੀਂ ਲਾ ਦਿੰਦੇ ਆ ਵੀਰ, ਠੀਕ ਹੈ ਜੀ, ਸ਼ੋਪ ਵਾਲਿਆਂ ਨੇ ਲਾਈ ਆ ਇਨਸਾਫ ਦੀ, ਸਿੱਧੂ ਵੀਰ ਦੀ ਫੋਟੋ ਕੇ ਇਨਸਾਫ ਦਿਓ, ਉਹ ਤੁਹਾਡੇ ਸਾਹਮਣੇ ਹੀ ਆ ਵੀਰ ਨੇ ਲਾਈ ਆ ਨਾ ਦੁਕਾਨ ਵਾਲੇ ਨੇ, ਠੀਕ ਹੈ ਜੀ, ਇਹ ਤੁਹਾਨੂੰ ਬੜੇ ਪਿੰਡ ਦੇ ਵਿੱਚ ਜੀ ਲੰਘਣਾ ਤੁਹਾਨੂੰ ਜ਼ਰੂਰ ਦਿਸੂਗੀ, ਠੀਕ ਹੈ ਜੀ, ਸਿੱਧੂ ਵੀਰ ਦੀ ਫੋਟੋ, ਅਤੇ ਆ ਸਾਰਾ ਬੜਾ ਪਿੰਡ, ਠੀਕ ਹੈ ਜੀ, ਉਹ ਸਾਹਮਣੇ ਸਕੂਲ ਆ ਜਿਹੜਾ ਤੁਹਾਨੂੰ ਦਾਨ ਚੱਟਾ ਜਿਹਾ ਰੰਗ ਦਾ ਸਕੂਲ ਆ ਵੀਰੋ ਮੁੰਡਿਆਂ ਵਾਲਾ, ਠੀਕ ਹੈ ਜੀ, ਬੜੇ ਪਿੰਡ ਦੇ ਵਿੱਚ ਦੋ ਸਕੂਲ ਆ, ਇੱਕ ਕੁੜੀਆਂ ਵਾਲਾ, ਇੱਕ ਮੁੰਡਿਆਂ ਵਾਲਾ, ਮੁੰਡਿਆਂ ਵਾਲਾ ਸਕੂਲ ਆ ਜਿਹੜੇ ਇੱਥੇ ਚੱਟਾ ਰੰਗ ਕੀਤਾ ਜੀ ਸਾਈਡ 'ਤੇ, ਠੀਕ ਹੈ ਜੀ, ਜਦੋਂ ਮੁੰਡਾ ਤੁਰਿਆ ਜਾਂਦਾ ਇਹ ਸਾਰਾ ਸਕੂਲ ਹੀ ਆ, ਠੀਕ ਹੈ ਜੀ, ਸਕੂਲ ਦੇ ਸਾਹਮਣੇ ਹੋਸਪਿਟਲ ਆ ਸਰਕਾਰੀ, ਹੈ ਨਾ, ਮੈਂ ਤੁਹਾਨੂੰ ਦਿਖਾ ਲਿਆ ਕੈਮਰਾ ਬਾਹਰ, ਇਹ ਉਹ ਸਕੂਲ ਆ, ਸਕੂਲ ਦੇ ਸਾਹਮਣੇ ਹੋਸਪਿਟਲ ਆ ਸਰਕਾਰੀ ਬੜੇ ਪਿੰਡ ਦਾ, ਠੀਕ ਹੈ ਜੀ, ਇੱਥੋਂ ਵੀ ਕਈ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵੀਰ ਦਵਾਈ ਲੈਣ ਆਉਂਦੇ ਆ ਨਾ ਸਾਰੇ ਇਸ, ਕਿਉਂਕਿ ਇੱਕੋ ਹੀ ਲੱਗਦਾ ਹੈ ਨਾ ਸਰਕਾਰੀ ਹੋਸਪਿਟਲ ਆਲੇ ਦੁਆਲੇ ਪਿੰਡਾਂ ਨੂੰ, ਠੀਕ ਹੈ ਜੀ, ਇਹ ਮੁਕਣ ਦੀ ਜਗ੍ਹਾ ਆ, ਇੱਥੇ 6 ਮਹੀਨਿਆਂ ਬਾਅਦ, ਪਤਾ ਨਹੀਂ ਸਾਲ ਬਾਅਦ ਮੇਲਾ ਲੱਗਦਾ ਬਹੁਤ ਹੀ ਭਾਰਾ, 6 ਮਹੀਨਿਆਂ ਬਾਅਦ ਲੱਗਦਾ ਵੀਰ, ਤੋਗਾਂ ਆ ਕੇ ਇੱਥੇ ਖੜਦੀਆਂ, ਠੀਕ ਹੈ ਜੀ, ਸਾਲ ਦੇ ਵਿੱਚ 2 ਵਾਰੀ ਮੇਲਾ ਹੁੰਦਾ ਬਹੁਤ ਹੀ ਭਾਰਾ, ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ, ਇਹ ਹੁਣ ਵੀਰੋ ਬੜਾ ਪਿੰਡ, ਉਹ ਮੂਹਰੇ ਗੇਟ ਆ ਗਿਆ ਬੜੇ ਪਿੰਡ ਦਾ, ਉੱਥੋਂ ਖਤਮ ਹੋ ਜਾਣਾ, ਮੂਹਰੇ ਗੇਟ ਆ ਗਿਆ ਬੜੇ ਪਿੰਡ ਦਾ, ਉੱਥੋਂ ਬੜਾ ਪਿੰਡ ਖਤਮ, ਫਿਰ ਰੁੜਕੇ ਵਾਲਾ ਰਾਹ ਸ਼ੁਰੂ ਹੋ ਜਾਣਾ, ਠੀਕ ਹੈ ਜੀ, ਇਹ ਸਕੂਲ ਹੈ ਇੱਕ ਹੋਰ, ਇਹ ਪ੍ਰਾਈਵੇਟ ਇਹਦਾ, ਪਤਾ ਨਹੀਂ ਸਰਕਾਰੀ ਇਹਦਾ ਨਹੀਂ ਮੈਨੂੰ ਪਤਾ, ਠੀਕ ਹੈ ਸਕੂਲ ਹੈ ਨਿਆਣਿਆਂ ਵਾਲਾ, 3 ਸਕੂਲ ਆ ਬੜੇ ਪਿੰਡ 'ਚ ਉੱਦਾਂ ਟੋਟਲ, ਠੀਕ ਹੈ ਜੀ, ਸਰਕਾਰੀ ਤਾਂ 2 ਹੀ ਆ ਮੇਰੇ ਹਿਸਾਬ ਨਾਲ, ਕਿਉਂਕਿ ਉਹ ਦੂਜੇ ਮੇਨ 2 ਸਰਕਾਰੀ ਗਿਣੇ ਜਾਂਦੇ ਆ ਨਾ, ਅਤੇ ਉਹ ਸਾਹਮਣੇ ਗੇਟ ਤੁਹਾਨੂੰ ਦਿੰਦਾ ਹੁਣ, ਉੱਥੋਂ ਬੜਾ ਪਿੰਡ ਖਤਮ ਆ ਵੀਰੋ, ਠੀਕ ਹੈ ਜੀ, ਮੂਹਰੇ ਹੁਣ ਸਿੱਧਾ ਹੀ ਜਾਈ ਜਾਣਾ ਮੂਹਰੇ ਰੁੜਕਾ, ਠੀਕ ਹੈ ਜੀ, ਨਾਲੇ ਗ੍ਰਹਿਆਂ, ਕਿਉਂਕਿ ਗ੍ਰਹਿਆਂ ਦੇ ਵਿੱਚ ਤਾਂ ਰੁੜਕਾ ਆ ਗਿਆ ਹੁਣ ਵੀਰੋ, ਠੀਕ ਹੈ ਜੀ, ਕਿਉਂਕਿ ਦੁਕਾਨਾਂ ਨਾਲ ਲੱਗ ਗਈਆਂ, ਠੀਕ ਹੈ ਜੀ, ਰੁੜਕਾ ਵੀ ਗ੍ਰਹਿਆਂ ਵਿੱਚ ਹੀ ਆਉਂਦਾ, ਇੱਕ ਤਰ੍ਹਾਂ ਦਾ ਗ੍ਰਹਿ ਹੀ ਆ ਰੁੜਕਾ, ਠੀਕ ਹੈ ਜੀ, ਆਹ ਵੀਰਾਂ ਨੇ ਇੱਥੇ ਨਵਾਂ ਬਣਾਇਆ ਪੁਰਾਣੀ ਫਿਲਟਰ ਕਰਨੇ ਵਾਲਾ ਜਿਹੜਾ ਛੱਪੜ ਦਾ ਹੁੰਦਾ, ਠੀਕ ਹੈ ਜੀ, ਅਤੇ ਆਹ ਬੜੇ ਪਿੰਡ ਦਾ ਗੇਟ, ਇੱਥੋਂ ਹੋ ਗਿਆ ਹੁਣ ਬੜਾ ਪਿੰਡ ਖਤਮ, ਠੀਕ ਹੈ ਜੀ, ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਵੀਡੀਓ ਜੇ ਵਧੀਆ ਲੱਗਦੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਨਹੀਂ ਵੀ ਵਧੀਆ ਲੱਗਦੀ ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਹਾਂ ਵੀਰ ਵਧੀਆ ਨਹੀਂ ਲੱਗਦੀ, ਜੇ ਕੋਈ ਦੂਜੀ ਨੇ ਨਾ ਫਿਰ ਬੰਦਾ ਗਾਂਹ ਦੀ ਗਾਂਹ ਸੁਧਾਰ ਕਰਦਾ ਵੀਡੀਓ ਦੇ ਵਿੱਚ, ਠੀਕ ਹੈ ਜੀ, ਤਾਂ ਕਰਕੇ ਆਪਾਂ ਤੁਹਾਨੂੰ ਕਹੀਦਾ ਹਾਂ ਵੀ ਵੀਡੀਓ ਸ਼ੇਅਰ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ, ਪੂਰੀ ਵੀਡੀਓ ਦੱਸਿਆ ਕਰੋ, ਜੇ ਕੋਈ ਵੀਡੀਓ ਦੇ ਵਿੱਚ ਪ੍ਰੋਬਲਮ ਹੈ, ਜੇ ਕੋਈ ਗਲਤੀ ਹੁੰਦੀ ਹੈ ਤੁਸੀਂ ਦੱਸਿਆ ਕਰੋ, ਹਾਂ ਵੀਰ ਤੇਰੀ ਆਹ ਗਲਤੀ ਆ, ਇਹਨੂੰ ਸੈੱਟ ਕਰ, ਹੈ ਨਾ, ਠੀਕ ਹੈ ਜੀ, ਬਾਕੀ ਲਾਈਵ ਵੱਲੋਂ ਵੀ ਸੋਰੀ ਚਾਹੁੰਦਾ, ਕਿਉਂਕਿ ਲਾਈਵ ਸਹੀ ਨਹੀਂ ਚੱਲ ਰਿਹਾ, ਕਿਉਂਕਿ ਫੋਨ ਤੁਹਾਨੂੰ ਪਤਾ ਹਾਲੇ, ਹੈ ਨਾ, ਤਾਂ ਕਰਕੇ, ਠੀਕ ਹੈ ਜੀ, ਇਹ ਸਾਰਾ ਹੁਣ ਆਪਣੇ ਬੜੇ ਪਿੰਡ ਵਾਲਾ ਖਤਮ ਹੋ ਗਿਆ, ਰੁੜਕੇ ਨੂੰ ਰਾਹ ਸਿੱਧਾ ਹੀ ਹੁਣ ਇਹ ਗ੍ਰਹਿਆਂ ਨੂੰ ਰੁੜ ਜਾਂਦਾ ਵੀਰੋ, ਠੀਕ ਹੈ ਜੀ, ਸਾਰਾ ਇੱਕ ਰੋਡ ਗ੍ਰਹਿਆਂ ਨੂੰ ਜਾ ਰਿਹਾ ਇਹ।
ਲਓ ਵੀਰੋ ਹੁਣ ਨਹਿਰ ਤੋਂ ਹੋ ਜਾਣਾ ਰੁੜਕਾ ਸ਼ੁਰੂ, ਠੀਕ ਹੈ ਜੀ। ਅਤੇ ਗਰਿਆਂ ਇੱਥੇ ਤੱਕ ਦੇਖ ਲਓ ਆ ਗਿਆ, ਉੱਦਾਂ ਵੈਸੇ ਦੁਕਾਨਾਂ ਦੇ ਵਿੱਚ ਜਿੱਦਾਂ ਨਾਲ ਹੀ ਲੱਗਦੀਆਂ ਨਾ ਹੁਣ ਦੁਕਾਨਾਂ, ਕੋਈ ਅੱਗੇ ਸੀ ਇੱਦਾਂ ਕੱਟੀਆਂ ਦੁਕਾਨਾਂ ਤੋਂ ਕੋਈ ਹੈ ਨਹੀਂ ਸੀ, ਤਾਂ ਕਰਕੇ ਵੱਖਰਾ ਗ੍ਰਹਿ ਲੱਗਦਾ ਸੀ, ਕਿਉਂਕਿ ਹੁਣ ਨਾਲ ਹੀ ਦੁਕਾਨਾਂ ਲੱਗਣ ਲੱਗ ਪਈਆਂ, ਇਸ ਕਰਕੇ ਇਹਨੂੰ ਰੁੜਕੇ ਨੂੰ ਵੀ ਗ੍ਰਹਿ ਮੰਨਦੇ ਵੀਰੋ, ਠੀਕ ਹੈ ਜੀ। ਇੱਥੋਂ ਨਹਿਰ ਤੋਂ ਹੋ ਜਾਂਦਾ ਰੁੜਕਾ ਸ਼ੁਰੂ, ਠੀਕ ਹੈ ਜੀ। ਅਤੇ ਤੁਹਾਡੇ ਸਾਹਮਣੇ ਹੀ ਆ ਸਾਰਾ ਜੀ, ਇਹ ਨਵੀਆਂ ਸ਼ੋਪਾਂ ਸਾਰੀਆਂ ਖੁੱਲ੍ਹੀਆਂ ਬਣੀਆਂ ਨਵੀਆਂ ਵੀਰੋ ਸਾਰੀਆਂ ਜੀ, ਠੀਕ ਹੈ ਜੀ। ਅਤੇ ਬਾਕੀ ਤੁਹਾਡੇ ਸਾਹਮਣੇ ਹੀ ਆ, ਜਦੋਂ ਫੁੱਲ ਲੱਗੇ ਇੱਥੋਂ ਬਿਜਲੀ ਘਰ ਸ਼ੁਰੂ ਹੋ ਜਾਂਦਾ, ਠੀਕ ਹੈ ਜੀ। ਬਿਜਲੀ ਘਰ ਇੱਥੋਂ ਬਿਜਲੀ ਘਰ ਸ਼ੁਰੂ ਹੋ ਜਾਂਦਾ, ਇੱਧਰ ਵੀ ਸ਼ੋਪਾਂ ਸਾਰੀਆਂ ਨਵੀਆਂ ਖੁੱਲ੍ਹੀਆਂ ਆ, ਠੀਕ ਹੈ ਜੀ। ਅਤੇ ਆਹ ਦੇਖੋ ਵਿੱਚ ਵਿੱਚ ਪੁਰਾਣੀਆਂ ਵੀ, ਜਿੱਦਾਂ ਇੱਕ ਅੱਧੀ ਜਿੱਦਾਂ ਹੋਵੇ ਉਹ ਪੁਰਾਣੀਆਂ ਵੀ ਆ, ਬਾਕੀ ਸਾਰੀਆਂ ਨਵੀਆਂ ਹੀ ਆ, ਠੀਕ ਹੈ ਜੀ। ਅਤੇ ਤੁਹਾਡੇ ਸਾਹਮਣੇ ਹੀ ਆ ਉਹ ਸਾਰਾ ਇਹ ਹੈਗਾ, ਆਹ ਇੱਥੇ ਤੱਕ ਹੈ ਜੀ ਇਹ ਆਪਣੇ ਬਿਜਲੀ ਘਰ, ਠੀਕ ਹੈ ਜੀ। ਜਿੱਥੇ ਤੱਕ ਲਾਲ ਆਹ ਕੰਧ ਆ ਦੇਖੋ ਨਾ, ਮੋਟਰਸਾਈਕਲ ਖੜ੍ਹੇ ਇੱਥੇ ਤੱਕ ਬਿਜਲੀ ਘਰ ਹੀ ਆ, ਠੀਕ ਹੈ ਜੀ। ਇਹ ਰੁੜਕਾ ਸਾਰਾ ਰੁੜਕਾ ਆ, ਇੱਥੇ ਵੀ ਤੁਹਾਨੂੰ ਦਿਖਾ ਲਾਂਗੇ, ਆਹ ਵੀ ਨਵੀਆਂ ਸ਼ੋਪਾਂ ਜਿੱਦਾਂ ਕਹਿੰਦੀ ਖੁੱਲ੍ਹੀਆਂ, ਠੀਕ ਹੈ ਜੀ। ਵਿੱਚ ਅੱਧੀ ਇੱਕ ਦੋ ਪੁਰਾਣੀਆਂ ਵੀ ਸੀ, ਠੀਕ ਹੈ, ਆਹ ਵੀ ਨਵੀਂ ਖੁੱਲ੍ਹੀ ਹੈ ਵੀਰੋ, ਠੀਕ ਹੈ ਜੀ। ਅਤੇ ਆਹ ਸਕੂਲ ਆ ਰੁੜਕੇ ਦਾ, ਅਤੇ ਆਹ ਬ੍ਰੈਡਾਂ ਵਾਲੀ ਦੁਕਾਨ, ਇਹ ਵੀ ਬਹੁਤ ਮਸ਼ਹੂਰ ਆ, ਬਹੁਤ ਦੂਰੋਂ ਦੂਰੋਂ ਇੱਥੇ ਵੀ ਬ੍ਰੈਡ ਲੈਣ ਆਉਂਦੇ ਹੈ ਨਾ। ਦੇਖੋ ਜੀ ਸਾਰਾ ਇਹ ਸ਼ਹਿਰ ਵਾਂਗੂ ਗ੍ਰਹਿਆਂ ਦੇ ਨਾਲ ਹੀ ਲੱਗ ਗਿਆ ਵੀਰੋ, ਠੀਕ ਹੈ ਜੀ। ਗ੍ਰਹਿਆਂ 'ਚ ਹੀ ਵੱਜਦਾ ਰੁੜਕਾ ਵੀ, ਠੀਕ ਹੈ ਜੀ। ਇਹ ਹੈ ਜੀ ਰੁੜਕਾ, ਉਹ ਰੁੜਕਾ ਤੁਹਾਨੂੰ ਸਾਹਮਣੇ ਗੇਟ ਦੇ ਦਾਣਾ ਉੱਤੋਂ ਖਤਮ ਹੋ ਜਾਂਦਾ ਆ, ਠੀਕ ਹੈ ਜੀ। ਇਹ ਰੁੜਕੇ ਦਾ ਅੱਡਾ, ਠੀਕ ਹੈ ਜੀ। ਇੱਥੇ ਸਿਆਣੇ ਬੰਦੇ ਬਹਿੰਦੇ ਤੁਹਾਡੇ ਸਾਹਮਣੇ ਹੀ ਆ, ਇੱਥੇ ਤਾਸ਼ ਵਗੈਰਾ ਖੇਲਦੇ। ਹੁਣ ਵੀਰੋ ਇਹ ਆਪਾਂ ਗ੍ਰਹਿਆਂ ਵਾਲਾ ਰੋਡ, ਠੀਕ ਹੈ ਜੀ, ਤੁਹਾਡੇ ਸਾਹਮਣੇ ਹੁਣ ਗ੍ਰਹਿਆਂ ਨੂੰ ਜਾ ਰਹੇ ਹਾਂ ਆਪਾਂ, ਠੀਕ ਹੈ ਜੀ। ਅਤੇ ਇਹ ਆ ਗ੍ਰਹਿਆਂ ਵਾਲਾ ਰੋਡ ਵੀਰੋ, ਸਾਰਾ ਹੀ ਰੁੜਕੇ ਤੋਂ ਇਹ ਜਾ ਰਿਹਾ ਗ੍ਰਹਿਆਂ ਵੱਲ ਨੂੰ, ਹੈ ਨਾ, ਰੁੜਕੇ ਤੋਂ ਜਾ ਰਿਹਾ ਗ੍ਰਹਿਆਂ ਨੂੰ, ਠੀਕ ਹੈ ਜੀ। ਅਤੇ ਆਹ ਦੁਕਾਨਾਂ ਵਗੈਰਾ ਸ਼ੁਰੂ ਹੋ ਜਾਂਦੀਆਂ, ਠੀਕ ਹੈ ਜੀ। ਇਹ ਸਾਰੀਆਂ ਰੁੜਕੇ ਨਾਲ ਲੱਗਦੀਆਂ ਵੀਰੋ, ਅੱਗੇ ਸੀ ਜਿੱਦਾਂ ਕਹਿ ਦਈਏ ਅਲੱਗ ਅਲੱਗ ਵਿੱਚ ਬਹੁਤ ਗੈਪ ਸੀ, ਹੁਣ ਸਾਰੀਆਂ ਦੁਕਾਨਾਂ ਆ ਜਿਹੜੀਆਂ ਰੁੜਕੇ ਨਾਲ ਲੱਗੀਆਂ, ਠੀਕ ਹੈ ਜੀ। ਇਹ ਆ ਮੰਡੀ ਦਾ ਗੇਟ, ਠੀਕ ਹੈ ਜੀ, ਗ੍ਰਹਿਆਂ ਦੇ ਵੱਲੋਂ ਜਿਹੜਾ ਆਉਂਦਾ ਹੈ ਨਾ, ਇਹੋ ਵਾਲਾ ਗੇਟ ਆ ਵੀਰੋ, ਠੀਕ ਹੈ ਜੀ। ਅਤੇ ਗ੍ਰਹਿ ਹੀ ਆ ਵੀਰੋ, ਗ੍ਰਹਿਆਂ 'ਚ ਘੁੰਮ ਰਹੇ ਹਾਂ ਆਪਾਂ ਤੁਹਾਡੇ ਸਾਹਮਣੇ, ਠੀਕ ਹੈ ਜੀ। ਸਾਰਾ ਥੋੜ੍ਹਾ ਜਿਹਾ ਹਨੇਰਾ ਸਾਨੂੰ ਲੱਗਦਾ ਹੁਣ, ਉਸ ਲਈ ਸੋਰੀ, ਠੀਕ ਹੈ ਜੀ। ਅਤੇ ਮੂਹਰੇ ਹੁਣ ਤੁਹਾਨੂੰ ਦੇਖੋ ਸਾਰਾ ਗ੍ਰਹਿ ਹੀ ਆ ਵੀਰੋ, ਗ੍ਰਹਿਆਂ 'ਚ ਆਪਾਂ ਫਿਰ ਰਹੇ ਹਾਂ ਹੁਣ, ਠੀਕ ਹੈ ਜੀ। ਅਤੇ ਦੁਕਾਨਾਂ ਦੁਕਾਨਾਂ ਦੇਖੋ ਵੀਰੋ ਲੱਗੀਆਂ, ਖਾਣ ਪੀਣ ਵਾਲਿਆਂ ਸਾਰਾ ਹੀ ਵਧੀਆ ਸਿਸਟਮ ਹੁਣ ਹੋਇਆ ਆ, ਠੀਕ ਹੈ ਜੀ। ਬਹੁਤ ਜ਼ਿਆਦਾ ਖਾਣ ਪੀਣ ਦੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਆ ਵੀਰ, ਠੀਕ ਹੈ ਜੀ। ਲੋਕ ਸੈਰ ਲਈ ਵੀ ਆਉਂਦੇ ਆ, ਇਸ ਟਾਈਮ ਹਨੇਰੇ ਮਾੜੇ ਜਿਹੇ ਹੋਏ ਹੈ ਨਾ। ਸਾਰੀਆਂ ਦੇਖੋ ਨਵੀਆਂ ਦੁਕਾਨਾਂ ਖੁੱਲ੍ਹੀਆਂ ਵੀਰੋ, ਸਾਰੀਆਂ ਹੀ ਇਹ, ਠੀਕ ਹੈ। ਸਿੱਧੂ ਬਾਈ ਦੀ ਫੋਟੋ ਲੱਗੀ, ਬਹੁਤ ਹੀ ਘੈਂਟ, ਠੀਕ ਹੈ ਜੀ, ਵੀਰਾਂ ਨੇ ਲਾਈ ਆ, ਠੀਕ ਹੈ ਜੀ। ਇਹ ਸਾਰਾ ਗ੍ਰਹਿ ਹੀ ਆ ਵੀਰੋ, ਠੀਕ ਹੈ ਜੀ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਵਾਰ ਵਾਰ ਕਹਿੰਦਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਰੋ ਕਿੱਥੋਂ ਨਹੀਂ ਵਧੀਆ ਲੱਗੀ ਵੀਡੀਓ, ਠੀਕ ਹੈ ਜੀ। ਤੇਰੀ ਜਾਂ ਪ੍ਰੋਬਲਮ ਵੀਡੀਓ ਦੇ ਵਿੱਚ ਆ ਰਹੀ ਹੈ ਜਾਂ ਨਹੀਂ ਵਧੀਆ ਲੱਗਦੀ ਨਾ, ਇਹ ਜ਼ਰੂਰ ਦੱਸਿਆ ਕਰੋ ਵੀਰੋ ਕਮੈਂਟ ਕਰਕੇ, ਠੀਕ ਹੈ ਜੀ। ਇਹ ਗ੍ਰਹਿਆਂ ਸ਼ਹਿਰ ਤੁਹਾਨੂੰ ਦਿਖਾਉਂਦੇ ਹਾਂ, ਆਪਾਂ ਅੱਡੇ ਤੱਕ ਹੀ ਬਸ ਵੀਡੀਓ ਬਣਾਵਾਂਗੇ, ਉਦੋਂ ਬਾਅਦ ਖਤਮ ਕਰਾਂਗੇ ਫਿਰ, ਠੀਕ ਹੈ ਜੀ। ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋਣੀ ਆ, ਖਾਣ ਪੀਣ ਵਾਲੀਆਂ ਸਾਰੀਆਂ ਰੇਹੜੀਆਂ ਸਾਡੇ ਸਾਹਮਣੇ ਗ੍ਰਹਿਆਂ ਵਿੱਚ ਹੀ ਹੈ ਸਾਰਾ ਹੀ ਲੱਗੀਆਂ, ਠੀਕ ਹੈ ਜੀ। ਲੋਕ ਬਹੁਤ ਹੀ ਜਾਣੇ ਕਿ ਸ਼ਾਮ ਨੂੰ ਘੁੰਮਣ ਫਿਰਨ ਆਉਂਦੇ ਆਲੇ ਦੁਆਲੇ ਦੇ ਪਿੰਡਾਂ ਦੇ, ਹੈ ਨਾ, ਠੀਕ ਹੈ ਜੀ। ਅਤੇ ਫਨ ਵਗੈਰਾ ਕਰਨ ਆਉਂਦੇ ਆ,
ਸਾਰੇ ਫੈਮਲੀਆਂ ਵਾਲੇ ਜਾਂ ਵੀਰ ਆਪਣੇ ਸਾਰੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਜਿੰਨੇ ਵੀ ਆ, ਠੀਕ ਹੈ ਜੀ। ਅਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਗ੍ਰਹਿਆਂ ਸ਼ਹਿਰ ਵੀਰੋ, ਠੀਕ ਹੈ ਜੀ। ਅਤੇ ਉਹ ਸਾਹਮਣੇ ਐਡਾ ਫਗਵਾੜੇ ਤੋਂ ਜਿਹੜਾ ਰੋਡ ਜਲੰਧਰ, ਠੀਕ ਹੈ ਜੀ, ਜਲੰਧਰ ਤੋਂ ਇੱਧਰੋਂ ਫਿਰ ਫਲੋਰਾ ਨੂੰ ਲੈ ਲਓ, ਠੀਕ ਹੈ ਜੀ। ਅਤੇ ਮੂਹਰੇ ਮੇਨ ਰੋਡ ਪੈ ਜਾਂਦਾ ਕਿਹੜਾ, ਕਈਆਂ ਜਗ੍ਹਾ ਤੱਕ ਜਾਂਦਾ ਹੈ ਨਾ, ਠੀਕ ਹੈ ਜੀ। ਗੁਰਿਆਂ ਸ਼ਹਿਰ ਸਾਡਾ, ਠੀਕ ਹੈ ਜੀ। ਅਤੇ ਬਾਕੀ ਤੁਹਾਡੇ ਸਾਹਮਣੇ ਹੀ ਆ, ਮਾੜਾ ਜਿਹਾ ਹਨੇਰਾ ਹੋ ਗਿਆ ਇਸ ਲਈ ਸੋਰੀ ਵੀਰੋ, ਠੀਕ ਹੈ ਜੀ। ਸਾਰਾ ਗੁਰਿਆਂ ਸ਼ਹਿਰ ਸਾਡਾ ਇਹ ਆ ਜੀ, ਬੱਸ ਸਟੈਂਡ ਜਾਣੀ ਕਿ ਇੱਕ ਤਰ੍ਹਾਂ ਦਾ, ਉਹ ਸਾਹਮਣੇ ਫਗਵਾੜੇ ਨੂੰ, ਇੱਧਰੋਂ ਜਿਹੜੀਆਂ ਫਗਵਾੜੇ ਵੱਲੋਂ ਫਲੋਰਾ ਨੂੰ ਜਾਂਦੀਆਂ ਬੱਸਾਂ, ਠੀਕ ਹੈ ਜੀ। ਇੱਥੇ ਬੱਸਾਂ ਖੜ੍ਹਦੀਆਂ ਜਿਹੜੀਆਂ ਅੱਪਰੇ ਵੱਲ ਨੂੰ ਜਾਂਦੀਆਂ, ਅੱਪਰੇ ਵਾਲੀ ਬੱਸ ਜਾ ਰਹੀ ਆ, ਇਹ ਆ ਹੋਟਲ ਬਹੁਤ ਹੀ ਮਸ਼ਹੂਰ, ਠੀਕ ਹੈ ਜੀ। ਅਤੇ ਤੁਹਾਡੇ ਸਾਹਮਣੇ ਹੀ ਆ ਅੱਪਰੇ ਵੱਲ ਨੂੰ ਬੱਸ ਜਾ ਰਹੀ ਆ, ਆਹ ਵਾਲੀ ਅੱਪਰੇ ਵਾਲੀ ਬੱਸ ਆ ਗ੍ਰਹਿਆਂ ਤੋਂ ਉੱਪਰ, ਠੀਕ ਹੈ ਜੀ। ਇੱਧਰੋਂ ਆਪਾਂ ਆਏ ਹਾਂ ਰੋਡ ਤੋਂ, ਠੀਕ ਹੈ ਜੀ। ਅਤੇ ਇਹ ਅੱਪਰਾ ਰੋਡ ਗ੍ਰਹਿਆਂ ਤੋਂ ਉੱਪਰ ਵਾਲਾ, ਜਿਹੜਾ ਅੱਪਰੇ ਨੂੰ ਜਾਣਾ, ਠੀਕ ਹੈ ਜੀ। ਉੱਧਰ ਜੀ ਆਪਾਂ ਆਏ ਹਾਂ ਉੱਧਰ ਨੂੰ ਜਾਣੀ ਬੱਸ ਇਹ, ਠੀਕ ਹੈ ਜੀ। ਉੱਧਰ ਜੀ ਚੱਲਦੀਆਂ ਸਾਰੀਆਂ ਜਿੰਨੀਆਂ ਵੀ ਅੱਪਰੇ ਜਾਣੇ ਵਾਲੀਆਂ ਆ, ਠੀਕ ਹੈ ਜੀ। ਇਹ ਆ ਗ੍ਰਹਿਆਂ ਦਾ ਮੇਨ ਅੱਡਾ, ਠੀਕ ਹੈ ਜੀ। ਅਤੇ ਇਹੀ ਦਿਖਾ ਕੇ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਤੋਂ, ਠੀਕ ਹੈ ਜੀ। ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਵੀ ਕਰਿਓ, ਫੋਲੋ ਵੀ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਸਹੀ ਬਣੀ ਜਾਂ ਨਹੀਂ ਵਧੀਆ ਬਣੀ, ਹੈ ਨਾ। ਇਹ ਮੇਰਾ ਭਰਾ ਜ਼ਰੂਰ ਦੱਸਿਆ ਕਰੋ, ਕੋਈ ਕਮੀ ਪੇਸ਼ੀ ਜ਼ਰੂਰ ਦੱਸਿਆ ਕਰੋ, ਠੀਕ ਹੈ ਜੀ। ਕਿਉਂਕਿ ਤੁਸੀਂ ਦੱਸਣੀ ਜਿੰਨੇ ਵੀ ਭਰਾ ਆਪਣੇ ਦੇਖਦੇ ਆ, ਠੀਕ ਹੈ ਜੀ। ਅਤੇ ਚਲੋ ਠੀਕ ਹੈ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ।